ਕੱਲ ਇੱਕ ਸੁਪਨਾ ਵੇਖਿਆ ਸੀ, ਨਾ ਮੰਦਿਰ ਨਾ ਮਸਜਿਦ ਨਾ ਗੁਰਦੁਆਰਾ, ਮੱਥਾ ਮਾਂ ਦੇ ਚਰਣਾ ਵਿੱਚ ਟੇਕਿਆ ਸੀ, ਮੱਥਾ ਮਾਂ ਦੇ ਚਰਣਾ ਵਿੱਚ ਟੇਕਿਆ ਸੀ। ਲੱਗਿਆ ਜਿਵੇਂ ਮੈਂ ਦੁਨੀਆ ਜਿੱਤ ਲਈ, ਜਿਵੇਂ ਮੈਂ ਸਵਰਗ ਪਾਇਆ ਹੈ। ਲੱਗਿਆ ਜਿਵੇਂ ਮੈਂ ਦੁਨੀਆ ਜਿੱਤ ਲਈ, ਜਿਵੇਂ ਮੈਂ ਸਵਰਗ ਪਾਇਆ ਹੈ। ਸ਼੍ਰੀ ਰਾਮ ਜੀ ਵੀ ਬੋਲ ਉੱਠੇ, ਹੇ ਪਾਰਥ ਹੁਣ ਤੂੰ ਅਗਲੀ ਮੰਦਿਰ ਚ ਆਇਆ, ਹੁਣ ਤੂੰ ਅਸਲੀ ਮੰਦਿਰ ਚ ਆਇਆ। ਫਿਰ ਮੈਂ ਸੁਣਿਆ ਅੱਲਾ ਨੇ ਆਵਾਜ਼ ਮਾਰੀ, ਬੰਦਿਆ ਇਹ ਹੀ ਅਸਲੀ ਮਸਜਿਦ ਹੈ, ਬਾਕੀ ਛੱਡ ਦੁਨੀਆ। ਉੱਤੋਂ ਬਾਬਾ ਨਾਨਕ ਜੀ ਵੀ ਬੋਲ ਉੱਠੇ, ਉੱਤੋਂ ਬਾਬਾ ਨਾਨਕ ਜੀ ਵੀ ਬੋਲ ਉੱਠੇ, ਮਾਂ ਦੇ ਚਰਣਾ ਚ ਹੀ ਸੰਸਾਰ ਸਾਰਾ ਹੈ। ਪੁੱਤਰਾ ਇਸ ਤੋਂ ਵੱਧ ਕੇ ਨਾ ਕੋਈ ਗੁਰਦੁਆਰਾ ਹੈ, ਇਸ ਤੋਂ ਵੱਧ ਕੇ ਨਾ ਕੋਈ ਗੁਰਦੁਆਰਾ ਹੈ। ਅੱਖ ਖੁੱਲੀ ਹੋਸ਼ ਆਇਆ, ਅੱਖ ਖੁੱਲੀ ਹੋਸ਼ ਆਇਆ, ਮੈਂ ਥੋੜਾ ਘਬਰਾਇਆ। ਅੱਖ ਖੁੱਲੀ ਹੋਸ਼ ਆਇਆ, ਮੈਂ ਥੋੜਾ ਘਬਰਾਇਆ। ਸੁਪਨੇ ਚ ਅਲੀ ਮੌਲਾ, ਬਾਬਾ ਨਾਨਕ ਔਰ ਰਾਮ ਵੀ ਆਇਆ। ਸਭ ਨੇ ਇਹੀ ਸਮਝਾਇਆ ਕਿ ਪੁੱਤਰਾ ਸਾਡੀ ਵੀ ਉਹੀ ਥਾਂ ਸੀ, ਕਿ ਪੁੱਤਰਾ ਸਾਡੀ ਵੀ ਉਹੀ ਥਾਂ ਸੀ, ਅੱਲਾ ਦੀ ਅੰਮੀ ਨਾਨਕ ਦੀ ਬੇਬੇ ਔਰ ਰਾਮ ਦੀ ਵੀ ਮਾਂ ਸੀ। ਅੱਲਾ ਦੀ ਅੰਮੀ ਨਾਨਕ ਦੀ ਬੇਬੇ ਔਰ ਰਾਮ ਦੀ ਵੀ ਮਾਂ ਸੀ। ਇਹ ਕੁਛ ਲਾਈਨਾਂ ਨੇ, ਫੀਲਿੰਗਸ ਨੇ, ਕੱਲ ਹੀ ਲਿਖਿਆ ਮੈਂ, ਪਲੀਜ਼ ਥੋੜ੍ਹਾ ਧਿਆਨ ਦਿਓ।